ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦਾ ਸਾਡਾ ਵਿਸ਼ਾ ਦੇਖੋ, ਅੱਜ ਦਾ ਕੀ ਵਿਸ਼ਾ ਹੈ ਸਾਡਾ? ਵਿਸ਼ਰਾਮ ਚਿੰਨ ਸੰਬੰਧ ਕੇ ਸੰਬੰਧ ਸੰਬੰਧ ਮਾਨ ਮੁਹਾਵਰੇ ਅਖਾਣ ਅਣਡਿੱਠਾ ਪਹਿਰਾ। ਤਾਂ ਕੀ ਹੈ ਇਸ ਵਿੱਚ ਵਿਸ਼ਰਾਮ ਚਿੰਨ? ਕੀ ਹੁੰਦਾ ਹੈ ਵਿਸ਼ਰਾਮ ਚਿੰਨ ਦਾ ਅਰਥ ਕੀ ਹੈ? ਠਹਿਰਾਵ। ਜਦੋਂ ਅਸੀਂ ਬੋਲਦੇ ਹਾਂ, ਥੋੜ੍ਹਾ ਜਿਹਾ ਅਸੀਂ ਰੁਕਦੇ ਹਾਂ, ਤਾਂ ਉਹ ਕੀ ਹੈ, ਉੱਥੇ ਕੋਈ ਨਾ ਕੋਈ ਵਿਸ਼ਰਾਮ ਚਿੰਨ ਦਾ ਜਿਹੜਾ ਉਹ ਚਿੰਨ ਲੱਗੇਗਾ। ਵਿਸ਼ਰਾਮ ਮਤਲਬ ਠਹਿਰਾਵ। ਵਿਸ਼ਰਾਮ ਚਿੰਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਵਿਸ਼ਰਾਮ ਚਿੰਨ 13 ਤਰ੍ਹਾਂ ਦੇ ਹੁੰਦੇ ਹਨ। ਅਸੀਂ ਪਿਛਲੇ ਚੈਪਟਰ ਦੇ ਵਿੱਚ ਕੀਤਾ ਸੀਗਾ ਵਿਸ਼ਰਾਮ ਚਿੰਨ ਦਾ ਚਾਰਟ। ਵਿਸ਼ਰਾਮ ਚਿੰਨ ਕਿੰਨੀ ਤਰ੍ਹਾਂ ਦੇ ਹਨ? ਕੁੱਲ ਵਿਸ਼ਰਾਮ ਚਿੰਨ 13 ਤਰ੍ਹਾਂ ਦੇ ਹਨ, ਔਰ ਸਾਰੇ ਵਾਕਾਂ ਦੇ ਵਿੱਚ ਸਾਡੇ ਕੀ ਹੈ, ਵਰਤੋਂ ਹੁੰਦੀ ਹੈ ਉਹਨਾਂ 'ਚ। ਦੇਖੋ ਜ਼ਰਾ, ਡੰਡੇ ਜਾਂ ਪੂਰਨ ਵਿਸ਼ਰਾਮ। ਸਭ ਤੋਂ ਪਹਿਲੇ ਕੀ ਹੈ? ਡੰਡੇ। ਜਦੋਂ ਵੀ ਅਸੀਂ ਕੋਈ ਵਾਕ ਬੋਲਦੇ ਹਾਂ ਤਾਂ ਵਾਕ ਸਾਡਾ ਖਤਮ ਹੁੰਦਾ, ਤਾਂ ਉਸਦੇ ਉੱਪਰ ਡੰਡੇ ਅਸੀਂ ਲਗਾ ਦਿੰਦੇ ਹਾਂ। ਡੰਡੇ ਨੂੰ ਪੂਰਾ ਵਿਸ਼ਰਾਮ ਵੀ ਕਿਹਾ ਜਾਂਦਾ ਹੈ। ਵਿਸ਼ਰਾਮ ਚਿੰਨ੍ਹ ਤੋਂ ਭਾਵ ਵਿਸ਼ਰਾਮ ਜਾਂ ਠਹਿਰਾਵ ਨੂੰ ਪ੍ਰਗਟਾਉਣ ਵਾਲੇ ਚਿੰਨ੍ਹ ਹੁੰਦੇ ਹਨ। ਜੇਕਰ ਇਹ ਚਿੰਨ੍ਹ ਬੋਲਣ ਜਾਂ ਲਿਖਣ ਵੇਲੇ ਠੀਕ ਨਾ ਵਰਤੇ ਜਾਣ ਤਾਂ ਅਰਥ ਦਾ ਅਨਰਥ ਵੀ ਹੋ ਸਕਦਾ ਹੈ, ਮਤਲਬ ਉਸਦਾ ਅਰਥ ਗਲਤ ਵੀ ਨਿਕਲ ਸਕਦਾ ਹੈ। ਰੋਕੋ ਨਾ ਜਾਣ ਦਿਓ, ਕਹਿੰਦਾ ਜਦਕਿ ਚੋਰ ਨੂੰ ਫੜਨ ਲਈ ਇਸ ਤਰ੍ਹਾਂ ਬੋਲਣਾ ਚਾਹੀਦਾ ਸੀ, ਰੋਕੋ ਨਾ ਜਾਣ ਦਿਓ। ਤਾਂ ਅਸੀਂ ਜਦੋਂ ਕਹਿੰਦੇ ਹਾਂ ਰੋਕੋ ਨਾ, ਕਹਿੰਦਾ ਰੋਕੋ ਨਾ ਚੋਰ ਨੂੰ ਜਾਣ ਦਿਓ, ਤਾਂ ਹੋਣਾ ਕੀ ਚਾਹੀਦਾ ਸੀ? ਰੋਕੋ। ਪੁਲਿਸ ਕਹਿ ਰਹੀ ਹੈ ਰੋਕੋ, ਇਸ ਨੂੰ ਪਕੜਨਾ ਹੈ, ਤਾਂ ਰੋਕੋ ਦੇ ਨਾਲ ਕੀ ਹੈ? ਕਾਮਾ। ਜਦੋਂ ਠਹਿਰਾਵ ਆਉਂਦਾ ਹੈ ਰੋਕੋ ਨਾ ਜਾਣ ਦਿਓ, ਤਾਂ ਅਸੀਂ ਕੀ ਕਰਦੇ ਹਾਂ, ਉੱਥੇ ਵੀ ਕੌਮਾ ਲਗਾ ਦਿੰਦੇ ਹਾਂ, ਜਿਹੜਾ ਕਿ ਵਿਸ਼ਰਾਮ ਚਿੰਨ੍ਹ ਦਾ ਚਿੰਨ੍ਹ ਹੈ। ਇਸ ਤਰ੍ਹਾਂ ਵਿਸ਼ਰਾਮ ਚਿੰਨ੍ਹ ਦੀ ਗਲਤ ਵਰਤੋਂ ਨਾਲ ਅਰਥ ਵੀ ਬਦਲ ਜਾਂਦਾ ਹੈ। ਦੂਸਰਾ ਕੀ ਹੈ? ਕਾਮਾ। ਠਹਿਰਾਵ ਦੀ ਵਰਤੋਂ ਵਿਸ਼ਰਾਮ ਵਾਕਾਂ ਵਿੱਚ ਉੱਥੇ ਹੁੰਦੀ ਹੈ ਜਿੱਥੇ ਥੋੜ੍ਹੇ ਸਮੇਂ ਲਈ ਰੁਕਦੇ ਹਾਂ। ਉਸਨੇ ਕਿਹਾ ਕੌਮਾ, ਅਸੀਂ ਆਪਣੇ ਆਪ ਹੀ ਰੁਕਦੇ ਹਾਂ, ਸਾਨੂੰ ਸਾਹ ਆਉਂਦਾ ਵਿੱਚ। ਤਾਂ ਕੀ ਹੈ? ਹਨੀ ਨੇ ਦੁੱਧ ਰੁਕ ਰਹੇ ਹਾਂ, ਦਹੀਂ ਫਿਰ ਰੁਕ ਰਹੇ ਹਾਂ, ਆਟਾ ਫਿਰ ਰੁਕ ਰਹੇ ਹਾਂ, ਕੀ ਦੁਕਾਨ ਤੋਂ ਖਰੀਦੇ। ਤਾਂ ਕੀ ਹੈ? ਇਹ ਸਾਰਾ ਸਮਾਨ ਉਸਨੇ ਰਾਸ਼ਨ ਦਾ ਦੁਕਾਨ ਤੋਂ ਖਰੀਦ ਲਿਆ, ਪਰ ਆਈਟਮ ਕੀ ਸੀਗੇ? ਅਲੱਗ ਅਲੱਗ ਸਨ, ਇਸ ਕਰਕੇ ਸਾਨੂੰ ਰੁਕਣਾ ਪੈ ਰਿਹਾ ਸੀ ਵਿੱਚ। ਜਦ ਕਿਸੇ ਵਾਕ ਵਿੱਚ ਸ਼ਬਦਾਂ ਦੇ ਜੋੜੇ ਵਰਤੇ ਜਾਣ ਅਤੇ ਉਹਨਾਂ ਨੂੰ ਵਿਚਕਾਰ ਯੋਜਕ ਨਾ ਹੋਏ ਤਾਂ ਕੀ ਹੁੰਦਾ ਹੈ? ਜਿਵੇਂ ਆਸਤਕ ਨਾਸਤਕ ਕੌਮਾ, ਨੀਤ ਬਦਨੀਤ ਕੌਮਾ, ਅਮੀਰ ਗਰੀਬ ਕੌਮਾ, ਤਾਂ ਅਸੀਂ ਉਹਨੂੰ ਜੋੜਨੀ ਦੇ ਨਾਲ ਜੋੜ ਦਿੰਦੇ ਹਾਂ। ਜਦੋਂ ਕਿਸੇ ਵਾਕ ਵਿੱਚ ਇੱਕੋ ਜਿਹੇ ਵਾਕੰਸ਼ ਜਾਂ ਉਪ ਵਾਕ ਵਰਤੇ ਜਾਣ ਅਤੇ ਉਹਨਾਂ ਵਿੱਚ ਕੋਈ ਯੋਜਕ ਨਾ ਹੋਵੇ, ਜਿਵੇਂ ਡਾਕਟਰ ਸ਼ਾਮ ਸਿੰਘ ਸਕੂਲ ਆਏ, ਭਾਸ਼ਣ ਦਿੱਤਾ ਅਤੇ ਇਨਾਮ ਵੰਡ ਕੇ ਚਲੇ ਗਏ। ਅਧਿਆਪਕ ਨੇ ਕਿਹਾ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ, ਤਾਂ ਕੀ ਹੈ ਉੱਥੇ? ਕੌਮੇ ਦੀ ਵਰਤੋਂ। ਉਸਨੇ ਕਿਹਾ, ਮਾਤਾ ਜੀ ਨੇ ਕਿਹਾ, ਪਿਤਾ ਜੀ ਨੇ ਕਿਹਾ, ਹਾਂਜੀ, ਨਾ ਜੀ, ਅੱਛਾ ਜੀ, ਸਾਰਿਆਂ ਦੇ ਨਾਲ ਕੀ ਹੈ? ਕੌਮਾ ਆਏਗਾ। ਪ੍ਰਸ਼ਨ ਚਿੰਨ੍ਹ। ਜਿਹਨਾਂ ਵਾਕਾਂ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ ਉਹਨਾਂ ਦੇ ਅੰਤ ਵਿੱਚ ਇਸ ਚਿੰਨ੍ਹ ਦੀ ਵਰਤੋਂ ਹੁੰਦੀ ਹੈ। ਤੇਰਾ ਕੀ ਨਾਂ ਹੈ, ਔਰ ਤੇਰਾ ਨਾਂ ਕੀ ਨਾਂ ਹੈ, ਤੇਰਾ ਕੀ ਨਾਮ ਹੈ, ਕੀ ਨਾਮ ਹੈ, ਨਾਂ ਵੀ ਹੋ ਸਕਦਾ, ਨਾਮ ਵੀ ਹੋ ਸਕਦਾ, ਸ਼ੋਰ ਕੌਣ ਮਚਾ ਰਿਹਾ ਹੈ, ਤਾਂ ਕੌਣ ਕੀ ਹੈ, ਕੁਐਸਚਨ ਮਾਰਕ, ਪ੍ਰਸ਼ਨਿਕ ਸਾਈਨ। ਬਿੰਦੀ ਕੌਮਾ। ਬਿੰਦੀ ਕੌਮਾ ਉਸ ਸਮੇਂ ਲੱਗਦਾ ਹੈ ਜਦੋਂ ਵਾਕ ਵਿੱਚ ਕੌਮੇ ਨਾਲੋਂ ਵਧੇਰੇ ਠਹਿਰਾਵ ਹੋਏ। ਪਿੱਛੇ ਇੱਕ ਪੇਪਰ ਵਿੱਚ ਵੀ ਆਇਆ ਹੋਇਆ ਹੈ, ਵਾਕ ਵਿੱਚ ਜਦੋਂ ਵਧੇਰੇ ਠਹਿਰਾਵ ਹੁੰਦਾ ਤਾਂ ਕਿਸ ਚੀਜ਼ ਦੀ ਵਰਤੋਂ ਹੁੰਦੀ ਹੈ? ਬਿੰਦੀ ਕੌਮਾ, ਅਰਧ ਵਿਸ਼ਰਾਮ। ਤਾਂ ਕੀ ਹੈ? ਜਦੋਂ ਕਿਸੇ ਵਾਕ ਵਿੱਚ ਅਜਿਹੇ ਉਪਵਾਕ ਹੋਣ ਜਿਹੜੇ ਪੂਰੇ ਹੋਣ, ਇੱਕ ਦੂਜੇ ਨਾਲ ਸੰਬੰਧਿਤ ਹੋਣ, ਤਾਂ ਉਹਨਾਂ ਨੂੰ ਵੱਖਰੇ ਕਰਨ ਲਈ ਇਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਿੰਦਗੀ ਵਿੱਚ ਕਾਮਯਾਬੀ ਪ੍ਰਾਪਤ ਕਰਨ ਲਈ ਮਿਹਨਤ ਕਰੋ। ਮਿਹਨਤ ਕਰਨ ਨਾਲ ਸਵੈ ਵਿਸ਼ਵਾਸ ਪੈਦਾ ਹੁੰਦਾ ਹੈ। ਹੁਣ ਅਸੀਂ ਇਹ ਕੀ ਕਰਨਾ ਹੈ? ਬਿੰਦੇ ਕੌਮਾ ਕੁਛ ਸਮਾਂ ਵੀ ਹੈ ਜਦੋਂ ਕਿ ਸਾਨੂੰ ਨਹੀਂ ਪਤਾ ਅਸੀਂ ਮਿਹਨਤ ਕਦੋਂ ਸ਼ੁਰੂ ਕਰਾਂਗੇ, ਔਰ ਮਿਹਨਤ ਕਰਨ ਨਾਲ ਸਵੈ ਵਿਸ਼ਵਾਸ ਸਾਡੇ 'ਚ ਕੌਨਫੀਡੈਂਸ ਕਦੋਂ ਆਏਗਾ, ਇਹ ਹੀ ਸਫਲਤਾ ਦੀ ਕੁੰਜੀ ਹੈ। ਤਾਂ ਉਸ ਨੂੰ ਦੇਖਣਾ ਹੈ ਕਿ ਅਸੀਂ ਵਾਕ ਨੂੰ ਅਲੱਗ ਅਲੱਗ ਕਰ ਰਹੇ ਹਾਂ ਤਾਂ ਬਿੰਦੀ ਕੌਮੇ ਨਾਲ, ਔਰ ਥੋੜ੍ਹਾ ਟਾਈਮ ਵੀ ਹੈ ਕਿ ਸਾਨੂੰ ਨਹੀਂ ਪਤਾ ਕਿ ਕਦੋਂ ਕੀ ਹੋਏਗਾ। ਵਿਸਮਿਕ ਚਿੰਨ੍ਹ।
इस चिन्ह की वरतों किसी को संबोधन करने लिए खुशी गमी ते हैरानी फिटकार ते सत्कार आदि भावों को प्रगट करने लिए वरते जाते हैं। काश मैं प्रधानमंत्री हुंदा तो विश्विक तो जो असं सुधारण करना है तो की लिखना है काश की थां ते। पहले भी मैं तुम दस चुकी हाँ काश की थां की है मेरी इच्छा। मेरी इच्छा है कि मैं प्रधानमंत्री हुंदा तो इसनू सुधारण वाक विच बदलोगे। ये सुधारण है वाह कमाल हो गया। और है यही की होया मतलब की हो गया ये कहिंदा मैनू नहीं पता लगा है की है हैरानी है।